ਸੌਣ ਦਾ ਮਹੀਨਾ ਝੜੀ ਲੱਗੀ 20 22 ਦਿਨ ਝੜੀ ਲੱਗੀ ਰਹੀ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰਮੁਖ ਪਿਆਰਿਓ ਅੰਮ੍ਰਿਤਸਰ ਸੰਗਤਾਂ ਨੂੰ ਦਰਸ਼ਨ ਦੇ ਕਿਨੇ ਹਾਲ ਕਰ ਰਹੇ ਨੇ ਪ੍ਰਬੰਧਕਾਂ ਨੇ ਜਾ ਕੇ ਬੇਨਤੀ ਕੀਤੀ ਸਤਿਗੁਰ ਜੀਓ ਝੜੀ ਲੱਗੀ ਨੂੰ 20 22 ਦਿਨ ਹੋ ਗਏ ਵੀ ਬਾਲਣ ਥੋੜਾ ਰਹਿ ਗਿਆ ਸੰਗਤ ਬਹੁਤ ਆਉਂਦੀ ਆ ਕੀ ਕਰਾਂਗੇ ਤੇ ਗੁਰਮੁਖ ਪਿਆਰਿਓ ਧੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਫਿਕਰ ਨਾ ਕਰੋ ਇਹ ਕਾਰਜ ਗੁਰੂ ਨਾਨਕ ਦਾ ਲੰਗਰ ਉਹਨਾਂ ਨੇ ਚਲਾਇਆ ਇਹ ਰੁਕਦਾ ਨਹੀਂ ਜੁਗਾਂ ਤੱਕ ਚੱਲਦਾ ਰਹੇਗਾ ਫਿਕਰ ਨਾ ਕਰੋ ਤੇ ਸੰਗਤ ਜੀ ਕਮਾਲ ਦੀ ਗੱਲ ਹੈ ਸਾਡੇ ਸਤਿਗੁਰਾਂ ਨੇ ਆਪ ਜੀਵਨ ਵਿੱਚ ਸਭ ਕੁਝ ਹੰਡਾ ਕੇ ਸਾਨੂੰ ਦੱਸਿਆ ਐਸੇ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਿਸੇ ਨੇ ਕਿਹਾ ਵੀ ਤੈਨੂੰ ਤਾਂ ਸ਼ਰੀਕੇ ਵਾਲਾ ਨੇ ਪਿੰਡੋਂ ਕੱਟਦਾ ਸੀ ਵੀ ਤੇਰੇ ਤੇ ਤਾਂ ਕਿਸੇ ਨੂੰ ਸੰਭਲਣ ਦੀ ਜ਼ਿੰਮੇਵਾਰੀ ਨਹੀਂ ਲਈ ਗਰੀਬੀ ਬਹੁਤ ਸੀ ਹੁਣ ਛੱਤਰ ਝੁਲਦੇ ਆ ਚੋਰ ਹੁੰਦੇ ਆ ਤੈਨੂੰ ਲੋਕੀ ਕਤਾਰਾਂ 'ਚ ਖੜ ਖੜ ਕੇ ਮੱਥੇ ਟੇਕਦੇ ਆ ਕਾਰਨ ਕੀ ਆ ਜਿਹੜੇ ਗ੍ਰੰਥੀ ਸਿੰਘ ਸਹਿਬਾਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਪੜ੍ਹਦੇ ਆ ਨਾ ਪ੍ਰੇਮ ਨਾਲ ਆਟੋਮੈਟਿਕ ਉਹਨੇ ਦੀ ਅੱਖਾਂ ਵਿੱਚੋਂ ਜਲ ਆ ਜਾਂਦਾ ਆਟੋਮੈਟਿਕ ਹੀ ਉਹ ਰੋਣ ਲੱਗ ਜਾਂਦੇ ਐਨੀ ਵਿਰਾਗਮਈ ਬਾਣੀ ਆ ਗੁਰੂ ਰਾਮਦਾਸ ਮਹਾਰਾਜ ਦੀ ਇੱਕ ਇੱਕ ਤੁਕ ਡੇਢ ਡੇਢ ਤੁਕ ਵਿੱਚ ਪੂਰੀ ਹੁੰਦੀ ਆ ਪਰ ਜੇ ਉਸਤਾਦਾਂ ਤੋਂ ਸਿੱਖਿਆ ਆਊਗਾ ਫਿਰ ਆਨੰਦ ਬਣ ਜਾਣਾ ਉਹਨਾਂ ਦੇ ਵਾਚਨ ਨੇ ਜੋ ਹਮਰੀ ਬਿੱਧ ਹੋਤੀ ਮੇਰੇ ਸਤਿਗੁਰਾ ਸਾਬਿਤ ਤੁਮਹਾਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲੀ ਐ ਚੁਕੇ ਸਭ ਸੋਗ ਸੰਤਾਪੇ ਜਦੋਂ ਰਾਮਦਾਸ ਸਤਗੁਰੂ ਮਹਾਰਾਜ ਜੀ ਦੇ ਕੋਲੇ ਸਿੱਖ ਬੇਨਤੀ ਕਰਦਨੇ ਸਤਗੁਰੂ ਬਾਲਣੀ ਸਾਰਾ ਭਿੱਜ ਗਿਆ ਥੋੜਾ ਰਹਿ ਗਿਆ ਸੰਗ ਤਾਂ ਬਹੁਤ ਆਉਂਦੀਆਂ ਸਤਗੁਰੂ ਕੰਦੇ ਫਿਕਰ ਨਾ ਕਰੋ ਜਿਨ ਕਾ ਕਾਰਜ ਤਿਨੀ ਕੀਆ ਮਾਨਸ ਕਿਆ ਵਿਚਾਰਾ RAM ਉਹਨੇ ਸਤਗੁਰੂ ਨੇ ਆਪਣੇ ਸੇਵਕਾਂ ਦੀ लाज ਰੱਖਣੀ ਹੈ ਗੁਰੂ ਨਾਨਕ ਦਾ ਲੰਗਰ ਹੈ ਕਿਸੇ ਆਮ ਬੰਦੇ ਦਾ ਲੰਗਰ ਨਹੀਂ ਸਤਗੁਰੂ ਨਾਨਕ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਆਪ ਪਰਮੇਸ਼ਰ ਸੀ ਸਰਗੁਣ ਸਰੂਪ ਲੈ ਕੇ ਆਏ ਸੀ ਚਿੰਤਾ ਨਾ ਕਰੋ ਉਹਨਾਂ ਨੇ ਵਿਧੀਆਂ ਬਣਾ ਦੇਣੀਆਂ ਨੇ ਤੇ ਗੁਰਮੁਖ ਪਿਆਰਿਓ ਭਾਈ ਸਾਲੋ ਜਦੋਂ ਉਹਨੂੰ ਇਹ ਢਿੰਕ ਪਈ ਨਾ ਗੱਲ ਦੀ ਬਈ ਲੰਗਰ ਵਿੱਚ ਲੱਕੜਾ ਨਹੀਂ ਤੇ ਗੁਰਮੁਖ ਪਿਆਰਿਓ ਉੱਥੇ ਖੜ੍ਹਨੇ ਅਰਦਾਸ ਕੀਤੀ ਸਤਿਗੁਰੂ ਜੀ ਇਹ ਸੇਵਾ ਦਾਸ ਦੇ ਜਿੰਮੇ ਲਾਓ ਜਿੱਥੇ ਖੜਾ ਸੀ ਉੱਥੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਤੇ ਗੁਰਮੁਖ ਪਿਆਰਿਓ ਅਰਦਾਸ ਕੀਤੀ ਸਤਿਗੁਰੂ ਜੀਓ ਇਹ ਸੇਵਾ ਦਾਸ ਦੇ ਜਿੰਮੇ ਲਾਓ ਆਪ ਕਿਰਪਾ ਕਰਕੇ ਸਿਰ ਤੇ ਮੇਹਰਾਂ ਪਰੇ ਹੱਥ ਰੱਖ ਕੇ ਇਹ ਸੇਵਾ ਕਰਵਾ ਲਿਓ ਤੇ ਸੰਗਤ ਜੀ ਮੈਂ ਜਿਹੜੇ ਉਹਦੇ ਪ੍ਰਬੰਧਕ ਨੇ ਉਹਨਾਂ ਨੂੰ ਦੇਖਦਾ 22 23 ਦਿਨ ਹੋ ਗਏ ਸੰਗਤ ਜੀ ਜਦੋਂ ਕੀ ਵੀ ਗੱਲ ਕਰਦੇ ਉਹਨਾਂ ਨਾਲ ਉਹ ਕਹਿੰਦੇ ਮਹਾਂਪੁਰਖ ਆਪੀ ਸੇਵਾ ਕਰਾਈ ਜਾਂਦੇ ਨੇ ਸਤਿਗੁਰੂ ਆਪੀ ਸੇਵਾ ਕਰਾਈ ਜਾਂਦੇ ਨੇ ਇਹ ਨਿਮਰਤਾ ਦੀ ਨਿਸ਼ਾਨੀ ਹੈ ਕਿਉਂਕਿ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤਦ ਭਾਵੈ ਜਿਸ ਨੂੰ ਤੂੰ ਰੰਗ ਧਰਤਾ ਜਿੱਤੇ ਸਤਿਗੁਰ ਕਿਰਪਾ ਕਰਦੇ ਨੇ ਉਹ ਸੇਵਾ ਕਰਦਾ ਤੇ ਗੁਰਮੁਖ ਪਿਆਰੋ ਭਾਈ ਸਾਲੋ ਬੇਨਤੀ ਕਰਕੇ ਕਮਰਕਸਾ ਲਾਇਆ ਤੇ ਗੁਰਮੁਖ ਪਿਆਰਿਓ ਆਪਣਾ ਗੱਡਾ ਜੋੜਿਆ ਦੋ ਬਲਦ ਜੋੜੇ ਉਹਦੇ ਅੱਗੇ ਅੱਗੇ ਪੁਰਾਣੇ ਸਮੇਂ ਵਿੱਚ ਗੱਡੇ ਹੁੰਦੇ ਆਪ ਸੰਗਤਾਂ ਵਿੱਚ ਬੈਠੇ ਕਈ ਬਜ਼ੁਰਗ ਜਾਣਦੇ ਆ ਤੇ ਗੁਰਮੁਖ ਪਿਆਰਿਓ ਪਿੰਡਾਂ ਚੋਂ ਤੁਰ ਪਿਆ ਤੇ ਗੁਰਮੁਖ ਪਿਆਰਿਓ ਜਿਹੜਾ ਆ ਆਪਣਾ ਪਰਨਾ ਮੋਢੇ ਤੇ ਰੱਖਿਆ ਹੁੰਦਾ ਨਾ ਹੁਣ ਵੀ ਗੁਰਸਿੱਖ ਪਿਆਰੇ ਰੱਖਦੇ ਆ ਇਹ ਉੱਪਰ ਉੱਚੀ ਬਾਹ ਚਾ ਕੇ ਘਮਾਇਆ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਲੱਕੜਾਂ ਦੀ ਥੜ ਪੈ ਗਈ ਲੱਕੜਾਂ ਤੁਸੀਂ ਭੇਟਾ ਕਰੋ ਜਿਹੜਾ ਲੱਕੜਾਂ ਜਾਂ ਪਾਥੀਆਂ ਇੱਕ ਪਾਥੀ ਦਵੇਗਾ ਇੱਕ ਪੁੱਤ ਜਿਹੜਾ ਦੋ ਪਾਥੀਆਂ ਦਵੇਗਾ ਦੋ ਪੁੱਤ ਇੱਥੇ ਪੁੱਤ ਮੁੰਡੇ ਕੁੜੀ ਦੀ ਗੱਲ ਨਹੀਂ ਇੱਥੇ ਭਾਵਨਾ ਦੀ ਗੱਲ ਆ ਪਰ ਆਪਾਂ ਉਹਨੂੰ ਚ ਜਾਣਦੇ ਆ ਤੇ ਗੁਰਮੁਖ ਪਿਆਰਿਓ ਜਿਹੜੀ ਜਿਹੜੀ ਚੀਜ਼ ਸਤਿਗੁਰੂ ਸਮਝਾਉਣੀ ਚਾਹੁੰਦੇ ਆ ਉਹ ਆਪਾਂ ਸਮਝਦੇ ਨਹੀਂ ਤੇ ਗੁਰਮੁਖ ਪਿਆਰਿਓ ਆਪਾਂ ਕਿਉਂਕਿ ਆਹ ਸੰਸਾਰ ਤੇ ਮੈਂ ਸੱਚ ਗੱਲ ਕਹਾਂ ਵੀ ਪੁੱਤਰ ਮਿੱਠਾ ਮੇਵਾ ਆਹ ਸੰਸਾਰ ਤੋਂ ਮਾਮਾ ਭਾਵੇਂ ਹੋਵਣ ਪਰੀਆਂ ਨਾਲ ਹੁਸਨ ਦੇ ਡਕ ਡਕ ਭਰੀਆਂ ਸਾਹੀ ਘਰੀ ਵਿਆਹੀਆਂ ਬਰੀਆਂ ਪੰਨਣ ਪੱਟ ਹੰਡਾਵਣ ਜਰੀਆਂ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇਕਰ ਲਾਲਾਂ ਦਾ ਗਲ ਆਰ ਨਾ ਹੋਵੇ ਆ ਸੰਸਾਰ ਤੇ ਵੈਸੇ ਅੱਜ ਦੇ ਯੁੱਗ ਵਿੱਚ ਤੇ ਮੁੰਡੇ ਕੁੜੀ 'ਚ ਕੋਈ ਫਰਕ ਹੀ ਨਹੀਂ ਹੈ ਪਰ ਫੇਰ ਵੀ ਲੋਕ ਮਹਾਪੁਰਖਾਂ ਕੋਲੇ ਆ ਕੇ ਅਸਥਾਨਾਂ ਤੇ ਜਾ ਕੇ ਤੇ ਗੁਰਮੁਖ ਪਿਆਰ ਉਹ ਹੀ ਅਰਦਾਸਾਂ ਕਰਉਂਦੇ ਨੇ ਪੁੱਤਰ ਹੋਵੇ ਜੀ ਪੁੱਤਰ ਹੋਵੇ ਜੀ ਪੁੱਤਰ ਹੋਵੇ ਜੀ ਵੈਸਾ ਕਰੋਲਾ ਤਾਂ ਪਾਈ ਜਾਂਦੇ ਨੇ ਵੀ ਨਹੀਂ ਜੀ ਕੁੜੀਆਂ ਬਰਾਬਰ ਨੇ ਨਹੀਂ ਨਹੀਂ ਸੰਗਤ ਜੀ ਕੋਈ ਬਿਰਲਾ ਹੁੰਦਾ ਕੋਈ 100 'ਚ ਇੱਕ ਅੱਦਾ ਜਿਹੜਾ ਸਮਝਦਾ ਵੀ ਹਾਂ ਕੋਈ ਫਰਕ ਨਹੀਂ ਮੈਨੂੰ ਜੀ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ ਉਹ ਉਹਦੀ ਗੱਲ ਆ ਇਧਰੋਂ ਭਾਈ ਸਾਲੋ ਨੇ ਪੱਲਾ ਫੇਰਿਆ ਸੰਗ ਤੇ ਜੇ ਪੁੱਤਰ ਦੀ ਲੋੜ ਆ ਭਾਈ ਇੱਕ ਪਾਥੀ ਦਿਓ ਇੱਕ ਪੁੱਤਰ ਦੋ ਪਾਥੀਆਂ ਦਿਓ ਦੋ ਪੁੱਤਰ ਬਸ ਗੁਰਮੁਖ ਪਿਆਰਿਓ ਫਿਰ ਮਾਈਆਂ ਕੋਲੇ ਪਾਥੀਆਂ ਤਾਂ ਅੰਦਰ ਰੱਖੀ ਹੁੰਦੀਆਂ ਨੇ ਪਤਾ ਹੁੰਦਾ ਮੂਰੇ ਮੀ ਆ ਸਕਦਾ ਝੜੀ ਲੱਗ ਸਕਦੀ ਐ ਤੇ ਗੁਰਮੁਖ ਪਿਆਰਿਓ ਲਾਗੀਆਂ ਮਾਈਆਂ ਗੱਡੇ ਵਿੱਚ ਬਾਲਣ ਸਟਣ ਵਾਸਤੇ ਤੇ ਗੁਰਮੁਖ ਪਿਆਰਿਓ ਦਿਹਾੜੀ ਵਿੱਚ ਚਾਰ ਚਾਰ ਪੰਜ ਪੰਜ ਗੇੜੇ ਭਾਈ ਸਾਲੋ ਜੀ ਲਾ ਜਾਂਦੇ ਆ ਲੰਗਰ ਵਿੱਚ ਲੱਕੜ ਦੇ ਤੇ ਗੁਰਮੁਖ ਪਿਆਰਿਓ ਹੁਣ ਜਿਹੜੇ ਕੁਝ ਮਹਤੜ ਭਾਈ ਸੀ ਉਹ ਕਹਿੰਦੇ ਵੀ ਕਿਤੇ ਸਤਗੁਰਾਂ ਕੋਲੇ ਬਹੁਤਾ ਮਾਣ ਨਾ ਪ੍ਰਾਪਤ ਕਰ ਜਾਵੇ ਉਹ ਲਾਗੇ ਨਿੰਦਿਆ ਕਰਨ ਕਹਿੰਦੇ ਇਹਨੇ ਗੁਰਮਤ ਸਾਸਤੀ ਉਹ ਲਾਤੀ ਇਹ ਗੁਰਮਤ ਦੇ ਸਿਧਾਂਤਾਂ ਤੋਂ ਉਲਟ ਚੱਲਦਾ ਜਿਹੜੇ ਮਤਲਬ ਵੱਡੇ ਗਿਆਨੀ ਸੀ ਉਹ ਉਹ ਲਾਗੇ ਕਹਿਣਾ ਇੱਦਾਂ ਗੁਰੂ ਸਾਹਿਬ ਦੀ ਬੇਅਦਬੀ ਕਰਾਉਂਦਾ ਇਤਾਂ ਐਵੇਂ ਲੈ ਪਾਥੀਆਂ ਪਿੱਛੇ ਮੁੰਡੇ ਦੇ ਹੀ ਜਾਂਦਾ ਤੇ ਗੁਰਮੁਖ ਪਿਆਰਿਓ ਇਹ ਭਿੰਨਕ ਭਾਈ ਸਾਲੋਂ ਨੂੰ ਵੀ ਪੈ ਗਈ ਵੀ ਕਈ ਬੰਦੇ ਮੇਰਾ ਵਿਰੋਧ ਕਰਦੇ ਆ ਪਰ ਗੁਰਮੁਖ ਪਿਆਰਿਓ ਜਿਹੜਾ ਜਿਹੜੇ ਸੇਵਾਦਾਰ ਹੁੰਦੇ ਨੇ ਉਹ ਜਉਂਦੇ ਜੀ ਸੇਵਾ ਨਹੀਂ ਕਰਦੇ ਉਹ ਤਾਂ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਆਪ ਗਵਾਈਆ ਤਾਂ ਸਹੋ ਪਾਈਆ ਔਰ ਕੈਸੀ ਚਤਰਾਈ ਰੱਬ ਦੇ ਪਿਆਰਿਆਂ ਨੂੰ ਸਿਰਫ ਰੱਬ ਹੀ ਦਿਖਦਾ ਹੁੰਦਾ ਦੁਨੀਆ ਦੀ ਪਰਵਾਹ ਨਹੀਂ ਕਰਦੇ ਤੇ ਗੁਰਮੁਖ ਪੈਰੋ ਲੋਕੀ ਨਿੰਦਿਆ ਕਰਦੇ ਨੇ ਭਾਈ ਸਾਲੋ ਦੀ ਇਹ ਵੱਡਾ ਗਿਆਨੀ ਆ ਗਿਆ ਵੱਡਾ ਸੇਵਾਦਾਰ ਆ ਗਿਆ ਤੇ ਗੁਰਮੁਖ ਪਿਆਰਿਓ ਸੇਵਾ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਜਿੰਨਾਂ ਕੋਲੇ ਦਾਸ ਰਿਹਾ ਉਹ ਕਹਿੰਦੇ ਵੀ ਸੇਵਾ ਸਿਵੇ ਦਾ ਨਾਮ ਹੈ ਸਿਵੇ ਦਾ ਨਾਮ ਸੇਵਾ ਮਹਾਪੁਰਖਾਂ ਕੋਲੇ ਕਰਨੀ ਤਾਂ ਬਹੁਤ ਹੀ ਔਖੀ ਆ ਗੁਰਮੁਖ ਪਿਆਰਿਓ ਮਹਾਂਪੁਰਖ ਦਾਸ ਦੇ ਕਹਿੰਦੇ ਸ਼ੇਰ ਦੇ ਮੂੰਹ 'ਚ ਬਾਹ ਹੈ ਸੇਵਾਦਾਰ ਹੋਂਦਾ ਪਤਾ ਨਹੀਂ ਕਦੋਂ ਚੱਪ ਦਵੇ ਕੋਈ ਪਤਾ ਨਹੀਂ ਮਰ ਕੇ ਸੇਵਾ ਕਰਦਾ ਬੰਦਾ ਜਿਹੜਾ ਸੇਵਾਦਾਰ ਹੁੰਦਾ ਜਿਹੜਾ ਗੁਰੂ ਨੂੰ ਮੁੱਖ ਰੱਖ ਕੇ ਸੇਵਾ ਕਰਦਾ ਤੇ ਗੁਰਮੁਖ ਪਿਓ ਪਰਵਾਹ ਨਹੀਂ ਕਰਦਾ ਪਰ ਰਸਤਾ ਓਖਾ ਲੋਕੀ ਨਿੰਦਿਆ ਕਰਦੇ ਆ ਜਿਹੜੇ ਸਤਗੁਰ ਦੇ ਨੇੜੇ ਰਹਿੰਦੇ ਸੀ ਉਹ ਵੀ ਲੋਕਾਂ ਦੇ ਨਾਲ ਹੀ ਰਲ ਗਏ ਇਹ ਵੱਡਾ ਦਾਨੀ ਆ ਗਿਆ ਵੱਡਾ ਗਿਆਨੀ ਆ ਗਿਆ ਮੁੰਡੇ ਵੱਡਦਾ ਫਿਰਦਾ ਭਿੰਕ ਪੈਂਦੀ ਆ ਭਾਈ ਸਾਲੋਂ ਨੂੰ ਵੀ ਇਹ ਗੱਲਾਂ ਦੀ ਪਰ ਗੁਰਮੁਖ ਪਿਆਰਿਓ ਰੱਬ ਦੇ ਪਿਆਰੇ ਕੁਝ ਐਸਾ ਜੀਵਨ ਹੁੰਦਾ ਮਹਾਪੁਰਖਾਂ ਦਾ ਤੇ ਗੁਰਮੁਖ ਪਿਆਰਿਓ ਰਸਤਾ ਬੇਸਾ ਕੋਖਾਉਂਦਾ ਮੈਂ ਬੇਨਤੀ ਕਰਦਾ ਹੁਨਾ ਮਹਾਪੁਰਖ ਦੀ ਜ਼ਿੰਦਗੀ 'ਚ ਸੁੱਖ ਨਹੀਂ ਹੁੰਦਾ ਕਦੇ ਕਦੇ ਵੀ ਨਹੀਂ ਹੁੰਦਾ ਪਰ ਕਮਾਲ ਦੀ ਗੱਲ ਆ ਮਹਾਪੁਰਖ ਦੁੱਖਾਂ ਨੂੰ ਵੀ ਸੁੱਖਾ ਵਾਂਗ ਹਡਾਉਂਦੇ ਆ ਤਮਾਲ ਦੀ ਗੱਲ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਤਾਪ ਹੁਣ ਮਹਾਪੁਰਖ ਸੇਵਾ ਕਰਦੇ ਆ ਭਾਈ ਸਾ ਲੋ ਪਰ ਜਿਨ੍ਹਾਂ ਨੂੰ ਲਾਗਣ ਲੱਗ ਜਾਂਦੀ ਆ ਉਹਨਾਂ ਵਾਸਤੇ ਕੋਈ ਔਖਾ ਨਹੀਂ ਮਹਾਪੁਰਖ ਬਖਸ਼ਿਸ਼ਾਂ ਕਰ ਦਿੰਦੇ ਆ ਇਸੇ ਕਰਕੇ ਆਪਣੇ ਤੇ ਕਿਰਪਾ ਸੰਗਤ ਜਿ ਹੁਣ ਭਾਈ ਸਾ ਲੋ ਪ੍ਰਵਾਹ ਨਹੀਂ ਕਰਦੇ ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਵੀ ਸਤਗੁਰਾਂ ਕੋਲੇ ਸ਼ਿਕਾਇਤ ਪਹੁੰਚ ਗਈ ਧੰਨ ਧੰਨ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਕੋਲੇ ਮਹਾਰਾਜ ਜੀ ਬਿਆਦਵੀ ਕਰਾਉਂਦਾ ਐਵੇਂ ਪਾਥੀਆਂ ਪਿੱਛੇ ਪੁੱਤ ਦੇਈ ਜਾਂਦਾ ਸਤਗੁਰ ਜੀ ਤੁਹਾਨੂੰ ਪੁੱਛਿਆ ਉਹਨੇ ਸਤਗੁਰੂ ਨੇ ਜਾਣੀ ਜਾਣ ਅੰਤਰਜਾਮੀ ਸਤਗੁਰੂ ਹੱਸ ਕੇ ਕਹਿੰਦੇ ਨਹੀਂ ਵੀ ਪੁੱਛਿਆ ਨਹੀਂ ਦੇਖੋ ਹੁਣ ਕਸਵੱਟੀ ਲੱਗਦੀ ਆ ਸਿੱਖ ਤੇ ਨਹੀਂ ਵੀ ਪੁੱਛਿਆ ਨਹੀਂ ਮਹਾਰਾਜ ਜੀ ਉਹ ਤਾਂ ਬਹੁਤ ਬਿਆਦਵੀ ਕਰਾਉਂਦਾ ਐਵੇਂ ਥੂ ਥੂ ਹੁੰਦੀ ਆ ਲੋਕਾਂ ਵਿੱਚ ਉਹਦਾ ਐਵੇਂ ਪਾਲਣ ਇਕੱਠਾ ਕਿਸੇ ਨੂੰ ਪੁੱਛਿਆ ਨਹੀਂ ਐਵੇਂ ਤੁਰ ਪਿਆ ਗੱਡਾ ਜੋੜ ਕੇ ਤੇ ਗੁਰਮੁਖ ਪਿਆਰਿਓ ਸਤਗੁਰ ਕਹਿੰਦੇ ਬਿਲਾ ਕੇ ਲੈ ਕੇ ਆਓ ਤੇ ਗੁਰਮੁਖ ਪਿਆਰਿਓ ਸਾਰੇ ਅੰਦਰੋਂ ਅੰਦਰੀ ਖੁਸ਼ ਨੇ ਵੀ ਹੁਣ ਉਹਦੇ ਛੇਤਰ ਫਿਰੂਗਾ ਮੈਂ ਠੇਠ ਪੰਜਾਬੀ ਬੋਲਦਾ ਹੁਣ ਉਹਦੀ ਬੇਇੱਜ਼ਤੀ ਹੋਊਗੀ ਸੰਗਤ ਵਿੱਚ ਭਾਈ ਸਾਲੋਂ ਵੱਡਾ ਸੇਵਾ ਕਰਾਉਣ ਵਾਲਾ ਬਣਿਆ ਸੇਵਾ ਕਰਨ ਵਾਲਾ ਬਣਿਆ ਤੇ ਗੁਰਮੁਖ ਪਿਆਰਿਓ ਸਾਰੇ ਅੰਦਰੋਂ ਅੰਦਰੀ ਖੁਸ਼ ਹੋ ਕੇ ਕਹਿੰਦੇ ਜਾ ਕੇ ਭਾਈ ਸਾਲੋਂ ਨੂੰ ਕਹਿੰਦੇ ਭਾਈ ਸਾਹਿਬ ਤੁਹਾਨੂੰ ਸਤਗੁਰ ਯਾਦ ਕਰਦੇ ਆ ਤੁਹਾਡੀ ਸ਼ਕਾਇਤ ਗਈ ਹੈ ਇਹ ਤੇ ਰੁੱਖਾ ਬੋਲਦਿਆ ਪਰ ਇਧਰੋਂ ਪ੍ਰੇਮ ਵਿੱਚ ਭਿੱਜੀ ਆਤਮਾ ਨੂੰ ਚੌ ਚੜ ਗਿਆ ਮੈਨੂੰ ਸਤਿਗੁਰੂ ਯਾਦ ਕਰਦੇ ਆ ਮੇਰੇ ਵਰਗੇ ਅਜੀਜ਼ ਨੂੰ ਮੇਰੇ ਵਰਗੇ ਪਾਪੀ ਨੂੰ ਸਤਿਗੁਰੂ ਯਾਦ ਕਰਦੇ ਆ ਚੌ ਚੜ ਗਿਆ ਸੰਗਤ ਜੀ ਚੌ ਚੜ ਗਿਆ ਤੇ ਗੁਰਮੁਖ ਪਿਆਰਿਓ ਜਿਹੜੇ ਮੇਰੇ ਤੇਰੇ ਵਰਗੇ ਮਹਤਤਪਾਇ ਦੇ ਕਹਿੰਦੇ ਬਹੁਤਾ ਨਾ ਚੌੜਾ ਜਾ ਹੋ ਗਾਹਾਂ ਜਲ ਕੀ ਬਣਦੀ ਏ ਤੇਰੇ ਨਾਲ ਦੇਖਦੇ ਆ ਕਹਿੰਦੇ ਕੋਈ ਗੱਲ ਨਹੀਂ ਮੇਰੇ ਸਤਗੁਰ ਨੇ ਮੈਨੂੰ ਆਜ਼ਾਦ ਹੀ ਕਰ ਲਿਆ ਵਸ ਮੇਰੇ ਵਾਸਤੇ ਇੰਨੀ ਕੀ ਬਹੁਤ ਵੱਡੀ ਗੱਲ ਆ ਜੇ ਮੇਰਾ ਸਤਗੁਰ ਮੈਨੂੰ ਆਜ਼ਾਦ ਕਰਦਾ ਵਸ ਮੇਰਾ ਤਾਂ ਲੋਕ ਪਰਲੋਕ ਸਬਰ ਗਿਆ ਆ ਦੇਖੋ ਸਾਡੇ ਸਿੱਖਾਂ ਨੇ ਪੂਰਨੇ ਪਾਏ ਨੇ ਸੰਗਤ ਜੀ ਬੇਨਤੀ ਕਰਾਂ ਅੱਜ ਅਸੀਂ ਦੁੱਖ ਕਿਉਂ ਭੋਗਦੇ ਆ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਗਏ ਤੇ ਗੁਰਮੁਖ ਪਿਆਰਿਓ ਸਭ ਕੁਝ ਹੁੰਦਿਆ ਹੋਇਆ ਵੀ ਦੁਖੀ ਆਓ ਮਹਾਂਪੁਰਖਾਂ ਦੇ ਜਰੀਏ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੀਏ ਖੰਡੇ ਵਾਟੇ ਦਾ ਅੰਮ੍ਰਿਤ ਛਕੀਏ ਤੇ ਸਤਿਗੁਰ ਤੋਂ ਖੁਸ਼ੀਆਂ ਲਈਓ ਪਿਆਰਿਓ ਮਨੁੱਖਾ ਜਨਮ ਮਿਲ ਗਿਆ ਹੁਣ ਇਹਨੂੰ ਆਪਾਂ ਇਹ ਜਨਮ ਲੈ ਕੇ ਮਾਰੀ ਨਹੀਂ ਜਾਣਾ ਸੁਣਿਓ ਜੀ ਜਨਮ ਲੈ ਕੇ ਮਾਰੀ ਨਹੀਂ ਜਾਣਾ ਜਨਮ ਲੈ ਕੇ ਸਫਲ ਹੋਣਾ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਕੇ ਸਫਲ ਹੋਣਾ ਆਵਾਗੌਣ ਦੇ ਚੱਕਰ ਵਿੱਚੋਂ ਨਿਕਲ ਜਾਣਾ ਇਹ ਦਾਤਾਂ ਮਹਾਂਪੁਰਖਾਂ ਕੋਲੇ ਹੁੰਦੀਆਂ ਉਹ ਵਰਤੌਂਦੇ ਆਓ ਪਿਆਰਿਓ ਵੱਡੇ ਭਾਗ ਨੇ ਇਲਾਕੇ ਦੇ ਰੋ ਵਿਚਾਰ ਤੇ ਗੁਰਮੁਖ ਪਿਆਰਿਓ ਭਾਈ ਸਾਲੋ ਦਾ ਪੈਰ ਲੱਗਦਾ ਕਦੇ ਨਹੀਂ ਲੱਗਦਾ ਕਦੇ ਲੱਗਦਾ ਕਹੇ ਭੱਜਿਆ ਜਾਂਦਾ ਤੇ ਗੁਰਮੁਖ ਪਿਆਰਿਓ ਮੈਨੂੰ ਗੁਰੂ ਨੇ ਬੁਲਾਇਆ ਇਡੇ ਵੱਡੇ ਭਾਗ ਮੇਰੇ ਹੁਣ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਜਦੋਂ ਪਹੁੰਚਿਆ ਨਮਸਕਾਰ ਕੀਤੀ ਗੋਡੇ ਭਾਰ ਹੋ ਗਿਆ ਸਤਿਗੁਰ ਕਹਿੰਦੇ ਭਾਈ ਤੇਰੀ ਸ਼ਿਕਾਇਤ ਆਈ ਹੈ ਹੱਥ ਜੋੜ ਲੇ ਦਾਤਾ ਜੀ ਅਸੀਂ ਤਾਂ ਹਾਂ ਹੀ ਔਗਣੇ ਆਰੇ ਆਪ ਤਾਂ ਬਖਸਣ ਆ ਰਹੇ ਹੋ ਸਤਿਗੁਰ ਜੀ ਕਿਰਪਾ ਕਰੋ ਲੈਖਾ ਕੱਤੇ ਨਾ ਛੁੱਟਿਆ ਖਿੰਖਿਨ ਭੂਲਣਹਾਰ ਬਖਸਣਹਾਰ ਬਖਸ ਲੈ ਨਾਨਕ ਪਾਰ ਉਤਾਰ ਸਤਿਗੁਰ ਜੀ ਅਸੀਂ ਤਾਂ ਔਗਣੇ ਆ ਰਹੀਆਂ ਕਿਰਪਾ ਕਰੋ ਸਤਿਗੁਰ ਕਹਿੰਦੇ ਤੂੰ ਬਲਣ ਇਕੱਠਾ ਕਰਦਾ ਹੈ ਸਾਨੂੰ ਪੁੱਛਿਆ ਮਹਾਰਾਜੀ ਅਰਦਾਸ ਕਰੀ ਸੀ ਨਹੀਂ ਪੁੱਛਿਆ ਸਤਗੁਰੂ ਦੇ ਦੂਜੇ ਜਿਹੜੇ ਕੋਲੇ ਖੜੇ ਤੇ ਗੁਰਮੁਖ ਪਿਆਰਿਓ ਉਹ ਫਿਰ ਅੰਦਰੋਂ ਅੰਦਰ ਹੀ ਖੁਸ਼ ਹੁੰਦੇ ਆ ਵੀ ਹੁਣ ਇਹਦੇ ਡਾਂਟ ਪਊਗੀ ਇਹਨੂੰ ਸਤਗੁਰੂ ਨੇ ਘੂਰਨਗੇ ਸ਼ਾਇਦ ਇਹਨੂੰ ਇਥੋਂ ਕੱਢੀ ਦੇਣ ਤੇ ਗੁਰਮੁਖ ਪਿਆਰਿਓ ਭਰ ਭਾਈ ਸਾਲੋ ਅੰਦਰ ਬਹਿ ਰਾਗ ਆ ਤੇ ਗੁਰਮੁਖ ਪਿਆਰਿਓ ਸਤਗੁਰੂ ਦੇ ਸਨਮੁਖ ਗੋਡੇ ਭਾਰ ਹੋਇਆ ਹੋਇਆ ਸਤਗੁਰੂ ਜੀ ਦੀ ਜਿਹੜੇ ਬਚਨ ਨੇ ਬੜੀ ਨਿਮਰਤਾ ਨਾਲ ਸੁਣ ਰਿਹਾ ਸਤਿਗੁਰੂ ਕਹਿੰਦੇ ਸਾਨੂੰ ਪੁੱਛਿਆ ਬਲਣ ਇਕੱਠਾ ਕਰਨ ਲੱਗ ਗਿਆ ਤੇ ਗੁਰਮੁਖ ਪਿਆਰੋਂ ਬੇਨਤੀ ਸੁਣਿਓ ਸਿੱਖ ਦੀ ਦਾਤਾ ਦੇਖੋ ਸੰਗਤ ਜੀ ਸਾਨੂੰ ਸਿਖਾਉਂਦੇ ਐ ਬੇਸ਼ੱਕ ਸਾਰੇ ਲੋਕ ਨਿੰਦਿਆ ਕਰਦੇ ਐ ਨੇੜੇ ਰਹਿਣ ਵਾਲੇ ਵੀ ਨਿੰਦਿਆ ਕਰਦੇ ਐ ਪਰ ਗੁਰਮੁਖ ਪਿਆਰਿਓ ਭਾਈ ਸਾਲੋ ਦੇ ਅੰਦਰ ਚਾਹਵੈ ਵੀ ਮੈਂ ਸਤਗੁਰ ਦੇ ਚਰਨਾਂ 'ਚ ਬੈਠਾਂ ਕਹਿੰਦਾ ਸਤਗੁਰੂ ਜੀ ਪੁੱਛਾਂ ਤਾਂ ਤਾਂ ਮੈਂ ਜੇ ਤੇਰੇ ਘਰੇ ਕੁਝ ਹੋਵੇ ਨਾ ਤੇ ਗੁਰਮੁਖ ਪਿਆਰਿਓ ਬੇਸ਼ੱਕ ਦੁਨੀਆ ਦੇ ਲੋਕ ਨੇੜੇ ਰਹਿਣ ਵਾਲੇ ਲੋਕ ਉਹਨਾਂ ਦੀ ਨਿੰਦਿਆ ਕਰਦੇ ਸੀ ਪਰ ਮਨ ਰੰਗਿਆ ਹੋਇਆ ਸੀ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਨਾਮ ਵਿੱਚ ਤੇ ਗੁਰਮੁਖ ਪਿਆਰਿਓ ਭਾਈ ਸਾ ਲੋ ਸਤਗੁਰ ਮਹਾਰਾਜ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਬਈ ਪੁੱਛਾਂ ਤਾਂ ਮੈਂ ਤਾਂ ਜੇ ਤੇਰੇ ਘਰੇ ਕੁਝ ਹੋਵੇ ਨਾ ਤੇਰਾ ਤਾਂ ਘਰ ਦਾਤਾ ਨਾਲ ਭਰਿਆ ਪਿਆ ਸਤਿਗੁਰੂ ਜੀਓ ਆਪ ਜੀ ਦਾ ਘਰ ਤੇ ਦਾਤਾ ਨਾਲ ਭਰਿਆ ਪਿਆ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਪੁੱਛਾਂ ਤਾਂ ਮੈਂ ਤਾਂ ਜੇ ਤੇਰਾ ਖਜ਼ਾਨਾ ਉਹ ਨਾ ਹੋਵੇ ਤੇਰਾ ਖਜ਼ਾਨਾ ਤਾਂ ਭਰਿਆ ਪਿਆ ਦਾਤਾ ਨਾਲ ਤੇ ਗੁਰਮੁਖ ਪਿਆਰਿਓ ਸਿੱਖ ਦੀ ਅਵਸਥਾ ਦੇਖ ਕੇ ਸਤਿਗੁਰ ਮਹਾਰਾਜ ਜੀ ਨੇ ਬੁੱਕਲ ਚ ਲੈ ਲਿਆ ਭਾਈ ਸਾਲੂ ਨੂੰ ਦੇਖੋ ਕੁਰਬਾਨੀ ਕੀਤੀ ਪਹਿਲਾਂ ਲੋਕਾਂ ਦੀ ਪਰਵਾਹ ਨਹੀਂ ਕੀਤੀ ਸੇਵਾ ਨਹੀਂ ਛੱਡੀ ਤੇ ਨਹੀਂ ਤੇ ਗੁਰਮੁਖ ਪਿਆਰਿਓ ਚਾਹੇ ਕੋਈ ਗੱਲ ਕਰੇ ਚਾਹੇ ਨਾ ਕੋਈ ਨਾ ਕਰੇ ਤੇ ਗੁਰਮੁਖ ਪਿਆਰਿਓ ਉਹੀ ਆਪਦੇ ਮਨ ਚੋਂ ਗੱਲ ਉਠਾ ਕੇ ਮਹਾਪੁਰਖਾਂ ਕੋਲੇ ਜਨਾਉਂ ਉਹ ਸਾਨੂੰ ਮੈਨੂੰ ਜਿ ਐਂ ਜੇ ਦੇਖਦਾ ਸੀ ਉਹ ਮੇਰੀਆਂ ਚੁਗਲੀਆਂ ਜੀਆਂ ਕਰਦਾ ਚਾਹੇ ਗੱਲ ਹੋਵੇ ਚਾਹੇ ਨਾ ਹੋਵੇ ਤੇ ਗੁਰਮੁਖ ਪਿਆਰਿਓ ਜੇ ਕਿਤੇ ਮਹਾਪੁਰਖ ਮਾੜਾ ਮੋਟਾ ਘੂਰ ਦੇਣ ਤੇ ਗੁਰਮੁਖ ਪਿਆਰਿਓ ਸਵੇਰ ਨੂੰ ਕਸਹਿਰਾ ਧੋਲੀਆਂ ਚੱਕ ਕੇ ਪਤਾ ਹੀ ਨਹੀਂ ਲੱਗਦਾ ਕਿਦੋਂ ਨਿਕਲ ਜਾਂਦੇ ਨੇ ਅੱਜ ਦੇ ਸੇਵਕ ਇਹ ਜੇ ਨੇ ਪਤਾ ਹੀ ਨਹੀਂ ਲੱਗਦਾ ਹੁਣ ਗੁਰਮਖ ਪਿਆਰਿਓ ਭਾਈ ਸਾਲੋ ਨੂੰ ਸਤਿਗੁਰ ਕਹਿੰਦੇ ਭਾਈ ਸਾਲੋ ਜਿੰਨੀਆਂ ਦਾਤਾਂ ਤੂੰ ਆਪਣੇ ਮੁਖ ਚੋਂ ਉਚਾਰ ਕੇ ਲੋਕਾਂ ਨੂੰ ਦਿਆ ਆਇਆ ਕਹਿ ਆਇਆ ਉਹ ਤਾਂ ਪੂਰੀਆਂ ਹੋਣਗੀਆਂ ਅੱਗੇ ਵਾਸਤੇ ਵੀ ਗੁਰੂ ਨਾਨਕ ਦੇ ਘਰ ਦਾ ਧਿਆਨ ਧਰ ਕੇ ਤੂੰ ਜੋ ਕਿਜੇ ਨੂੰ ਕੁਝ ਕਹਿ ਦਵੇਂਗਾ ਉਹੀ ਪੂਰਾ ਹੋ ਜਾਇਆ ਕਰੋ ਗੁਰੂ ਨਾਨਕ ਦੇ ਘਰ ਦਾ ਧਿਆਨ ਧਰ ਕੇ ਜੋ ਜਿਹਨੂੰ ਬਚਨ ਕਰ ਦਿਆ ਕਰੇਗਾ ਉਹ ਪੂਰਾ ਹੋ ਜਾ ਕਰੋ ਅੱਜ ਤੱਕ ਤੇ ਗੁਰਮੁਖ ਪਿਆਰਿਓ ਭਾਈ ਸਾਲੋ ਦੇ ਪਾਥੀਆਂ ਚੜਦੀਆਂ ਨੇ ਉੱਥੇ ਅੰਮ੍ਰਿਤਸਰ ਕੋਲੇ ਜੇ ਸੇਵਾ ਕੀਤੀ ਸਿਮਰਨ ਕੀਤੀ ਪ੍ਰੇਮਾ ਭਗਤੀ ਦਿਖਾਈ ਪ੍ਰਵਾਹ ਨਹੀਂ ਕੀਤੀ ਤੇ ਗੁਰਮੁਖ ਪਿਆਰਿਓ ਫਿਰ ਸਤਿਗੁਰ ਮਹਾਰਾਜ ਜੀ ਨੇ ਦਾਤਾ ਬਣਾ ਦਿੱਤਾ ਦਾਤਾ ਸੇਵਾ ਵਿੱਚੋਂ ਸਿਮਰਨ ਵਿੱਚੋਂ ਮਨ ਰੰਗਿਆ ਜਾਂਦਾ ਸੇਵਾ ਸਿਮਰਨ ਮਹਾਪੁਰਖ ਕਰਾਉਂਦੇ ਆ ਆਪਣੇ ਵੱਡੇ ਭਾਗ ਨੇ ਆਪਣੇ ਮਨ ਰੰਗ ਦੇਣਗੇ ਜਦੋਂ ਮਨ ਰੰਗੇ ਗਏ ਫਿਰ ਜਿੰਨੀ ਮਰਜੀ ਨੇਰੀ ਝਖੜ ਆ ਜਾਵੇ ਬੰਦਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਦਾ ਨਹੀਂ ਉਹ ਪਿਆਰਿਓ ਮਹਾਪੁਰਖੀ ਰੰਗ ਛਾੜਦੇ ਆ ਇਸੇ ਕਰਕੇ ਭਾਈ ਸਾਲੋ ਸੇਵਾਦਾਰ ਤੋਂ ਦਾਤਾ ਬਣ ਗਿਆ ਅੱਜ ਤੱਕ ਨਮਸਕਾਰਾਂ ਹੁੰਦੀਆਂ ਅੱਜ ਤੱਕ ਮੱਥੇ ਟੇਕਦੇ ਆ ਸੰਗਤ ਜੀ ਕਿਉਂ ਕਾਰਨ ਕੀ ਆ ਮੂਹ ਨਹੀਂ ਪਵਾਇਆ ਸੇਵਾ ਤੋਂ ਸਿਮਰਨ ਤੋਂ ਮੁਖੜਾ ਨਹੀਂ ਮੋੜਿਆ ਰਾਹ ਨਾਲ ਰੰਗੇ ਗਏ